ਚੰਡੀਗੜ੍ਹ ਦੇ ਇਲੈਂਟੇ ਮਾਲ ਦੇ ਵਿੱਚ ਸਪਰੇ ਮਾਰ ਕੇ ਇੱਕ ਕੈਸ਼ ਕਲੈਕਟਰ ਤੋਂ 11 ਲੱਖ ਦੀ ਲੁੱਟ ਕੀਤੀ ਗਈ। ਹਾਲਾਂਕਿ ਇਹ ਮਾਮਲਾ ਸਾਹਮਣੇ ਜਿੱਦਾਂ ਹੀ ਆਇਆ ਤੇ ਪੁਲਿਸ ਨੇ ਐਕਟਿਵ ਹੋ ਕੇ ਜਿਹੜੇ ਲੁਟੇਰੇ ਸੀ ਉਹਨਾਂ ਨੂੰ ਕਾਬੂ ਕਰ ਲਿਆ। ਹਾਲਾਂਕਿ ਇਹ ਬੜਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀਗਾ, ਲੇਕਿਨ ਨਾਲ ਦੇ ਨਾਲ ਹੀ ਪੁਲਿਸ ਨੇ, ਕਿਉਂਕਿ ਇਹ ਕਾਫੀ ਰਸ਼ ਹੁੰਦਾ, ਕਾਫੀ ਮੌਬ ਇਸ ਇਲੈਂਟੇ ਮਾਲ 'ਚ ਹੁੰਦਾ, ਇਸ ਕਰਕੇ ਪੁਲਿਸ ਦੀ ਜਿਹੜੀ ਪੈਟਰੋਲਿੰਗ ਹੈ ਉਹ ਵੀ ਪੂਰੇ ਮਾਲ ਦੇ ਵਿੱਚ ਹੁੰਦੀ ਹੈ। ਔਰ ਉਸ ਕਰਕੇ ਜਿਹੜੇ ਵੀ ਲੁਟੇਰੇ ਸੀਗੇ, ਜਿਹੜੇ ਵੀ ਸਪਰੇ ਲੈ ਕੇ ਆਏ ਸੀਗੇ ਔਰ ਕੈਸ਼ ਕਲੈਕਟਰ ਸੁਖਬੀਰ ਤੇ ਸਪਰੇ ਮਾਰ ਕੇ ਅੱਖਾਂ ਤੇ 11 ਲੱਖ ਦੀ ਲੁੱਟ ਕਰਕੇ ਫਰਾਰ ਹੋਣ ਲੱਗੇ, ਲੇਕਿਨ ਇੱਕ ਉਹਨਾਂ ਦੇ ਵਿੱਚ ਕਾਬੂ ਕਰ ਲਿਆ ਗਿਆ। ਸਾਡੇ ਨਾਲ ਜਿਹੜੇ ਸੀਨੀਅਰ ਆਫੀਸਰ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ। ਕੁਲਦੀਪ ਜੀ, ਇਹ ਪੂਰਾ ਮਾਮਲਾ ਕਿੰਨੇ ਕੁ ਵਜੇ ਦਾ ਹੈਗਾ ਤੇ ਹੋਇਆ ਕੀ ਸੀ? ਇਹ 1:15 ਵਜੇ ਦਾ ਮਾਮਲਾ ਹੈ। ਉਸ ਤੋਂ ਬਾਅਦ ਇੱਕ ਕੈਸ਼ ਲੈਣ ਆਉਂਦੇ ਆ ਬੰਦੇ ਤੇ ਇੱਥੇ ਦੁਕਾਨਾਂ ਉੱਪਰ ਸਾਰੇ ਕੈਸ਼ ਕਲੈਕਟ ਕਰਦੇ ਆ, ਇਹਨਾਂ ਦਾ ਇਕੱਠਾ ਕਰਦੇ, ਮੁੜ ਕੇ ਬੈਂਕ ਦੇ ਵਿੱਚ ਜਮ੍ਹਾਂ ਕਰਾਉਣ ਜਾਂਦੇ ਆ ਇਹ। ਇਹ ਲਿਫਟ ਦੇ ਵਿੱਚ ਆ ਰਿਹਾ ਸੀ, ਨਾਲੇ ਦੇ ਦਿਖਾ ਦੋਗੇ ਜਿਹੜਾ ਲਿਫਟ, ਇਸੇ ਥਾਂ ਤੇ ਗੱਲ, ਇਹ ਪੂਰਾ ਮੌਕੇ ਦੀ ਇਸ ਲਿਫਟ ਤੇ ਆ ਰਿਹਾ ਸੀ। ਠੀਕ ਹੈ, ਲਿਫਟ ਤੇ ਆਉਂਦਾ ਆਉਂਦਾ ਇੱਕ ਮੁੰਡਾ ਨਾਲ ਉੱਪਰ ਆ ਗਿਆ, ਇੱਕ ਨੀਚੇ ਖੜਾ ਸੀ ਪਹਿਲਾਂ ਹੀ। ਠੀਕ ਹੈ, ਤੇ ਇਹਨਾਂ ਨੇ ਜਦੋਂ ਉਤਰਨ ਲੱਗੇ ਫਸਟ ਫਲੋਰ ਤੇ ਜਾਣਾ, ਬੇਸਮੈਂਟ ਸੀ ਪਹਿਲਾਂ ਹੀ, ਫਸਟ ਫਲੋਰ ਤੇ ਲਿਫਟ ਰੋਕ ਲਈ ਉਹਨੇ, ਲਿਫਟ ਰੋਕ ਕੇ ਉਤਰਨ ਲੱਗਿਆ, ਜਦੋਂ ਦਰਵਾਜ਼ਾ ਖੁੱਲਣ ਲੱਗਿਆ ਉਸੇ ਟਾਈਮ ਉਹਨੇ ਸਪਰੇ ਮਾਰਤੀ ਅੱਖਾਂ ਤੇ। ਕਿੰਨੇ ਬੰਦੇ ਸੀਗੇ ਸਰ ਜਿਹੜੇ ਆਏ ਸੀਗੇ ਲੁੱਟਣ ਵਾਸਤੇ? ਇਹ 3 ਸੀ, 2 ਮੁੰਡੇ ਤੇ ਕੁੜੀ ਸੀ, ਕੁੜੀ ਬਾਹਰ ਕਾਰ ਦੇ ਵਿੱਚ ਠਾੜ ਕਰਕੇ ਬੈਠੀ ਸੀ। ਠੀਕ ਹੈ, ਤੇ ਜਦੋਂ ਇੱਥੋਂ ਇਹਦੇ ਸਪਰੇ ਮਾਰ ਕੇ ਇੱਕ ਬੈਗ ਖੋਲਣ ਲੱਗੇ, ਬੈਗ ਫਟ ਗਿਆ, ਉਹਦੇ ਵਿੱਚੋਂ 2 ਬੈਗ ਜਿਹੜੇ ਹੋਰ ਸੀ 5-5 ਲੱਖ ਜਿਹਨੂੰ ਹੈ ਸੀ ਉਹ ਲੈ ਕੇ ਇਹ ਭੱਜ ਗਏ। ਔਰ ਅਸੀਂ ਮੌਕੇ ਤੇ ਇੱਥੇ ਉਸੇ ਟਾਈਮ ਪਹੁੰਚ ਗਏ, ਕਿਉਂਕਿ ਇੱਥੇ ਅਲੌਂਟੇ ਮਾਲ ਜ਼ਿਆਦਾ ਰਸ਼ ਹੋਣੇ ਕਰਕੇ ਅਸੀਂ ਮੌਕੇ ਤੇ ਇੱਥੇ ਘੁੰਮਦੇ ਹਾਂ, ਇੱਥੇ ਪੈਟਰੋਲਿੰਗ ਕਰਦੇ ਹਾਂ। ਜਦੋਂ ਅਸੀਂ ਇੱਥੇ ਆ ਕੇ ਦੇਖਿਆ ਸੀ ਉਸ ਟਾਈਮ ਮੌਕੇ ਤੇ ਫਟਾਫਟ ਜਲਦੀ ਇਹਨੂੰ ਇੱਕ ਬੰਦੇ ਨੂੰ ਕਾਬੂ ਕਰ ਲਿਆ। ਉਸ ਤੋਂ ਬਾਅਦ ਮੁੰਡਾ ਤੇ ਕੁੜੀ ਅਸੀਂ ਫਿਰ ਬਾਅਦ ਵਿੱਚ ਰਾਤ ਨੂੰ ਕਾਬੂ ਕੀਤੇ ਇਹ, ਤੇ ਜਿਹੜਾ ਕੈਸ਼ ਹੈ ਸਾਰਾ ਆਪਣਾ ਉਹ ਸਾਰਾ ਕੈਸ਼ ਰਿਕਵਰ ਕਰ ਲਿਆ। ਸਰ ਇਹ ਲੋਕ ਕੌਣ ਨੇ, ਇਹਨਾਂ ਦੀ ਪਲੈਨਿੰਗ ਕਿਸ ਤਰ੍ਹਾਂ ਦੀ ਬਣੀ, ਇਹਨਾਂ ਨੂੰ ਕਿੱਦਾਂ ਪਤਾ ਲੱਗਾ ਕਿ ਕੈਸ਼ ਕਲੈਕਟਰ 9 ਵਜੇ ਆਉਂਦਾ ਹੈ, 9 ਵਜੇ ਕੈਸ਼ ਲੈ ਕੇ ਜਾਂਦਾ? ਇਹ ਇੱਕ ਇਹਨਾਂ ਜਿਹੜੀ ਕੁੜੀ ਹੈ ਪਹਿਲਾਂ ਉੱਪਰ ਕੰਮ ਕਰਦੀ ਸੀ ਇੱਥੇ ਲੰਟੇ ਮਾਲ 'ਚ, ਉਹਨੂੰ ਪਤਾ ਸੀ ਵੀ ਇੱਥੇ ਕੈਸ਼ ਇੱਦਾਂ ਲੈ ਕੇ ਜਾਂਦੇ ਆ ਇਹ। ਉਸ ਤੋਂ ਬਾਅਦ ਇਹਨਾਂ ਨੇ 2 ਹਫ਼ਤੇ ਪਹਿਲਾਂ ਰੈਕੀ ਕਰਨੀ ਸ਼ੁਰੂ ਕਰਤੀ। ਰੈਕੀ ਕਰਨ ਤੋਂ ਬਾਅਦ ਇਹ ਫਿਰ ਜਦੋਂ ਉੱਪਰੋਂ ਆਇਆ, ਉੱਪਰੋਂ ਮੁੰਡਾ ਚਲੇ ਗਏ, ਦੱਸਿਆ ਨੇ ਕੁੜੀ ਨੇ ਵੀ ਇੱਥੋਂ ਆਉਂਦੇ ਲੈ ਕੇ ਇਹ ਮੁੰਡਾ ਨਾਲੇ ਆ ਗਿਆ ਉਹਦੇ ਵਿੱਚ ਲਿਫਟ ਦੇ ਵਿੱਚ, ਉੱਥੋਂ ਉੱਥੇ ਆ ਕੇ ਇਹਨੇ ਇੱਥੇ ਆ ਕੇ ਫਿਰ ਇਹਨੇ ਆਪਣਾ ਖੋਹ ਕੇ। ਸਰ ਜਿਹੜੇ 3 ਨੇ ਜਿਹੜੇ ਅਕਿਊਜ਼ ਨੇ, ਇਹ ਕਿੱਥੇ ਦੇ ਰਹਿਣ ਵਾਲੇ ਆ ਤੇ ਪਹਿਲਾਂ ਕੋਈ ਕ੍ਰਿਮੀਨਲ ਹਿਸਟਰੀ ਨਾ ਦੀ? ਇਹਨਾਂ ਦੀ ਪਹਿਲਾਂ ਅਜੇ ਆਈ ਨਹੀਂ ਹੈ ਕੋਈ। ਇੱਕ ਕੁੜੀ 15 ਸੈਕਟਰ ਦੀ ਹੈ ਤੇ ਇੱਕ ਘਜੇੜੀ ਦਾ, ਇੱਕ 3B1 ਦਾ ਹੈ। ਠੀਕ ਹੈ, ਤਿੰਨੋ ਸਾਥੀ ਨੇ ਪੂਰਾ ਇਹਨਾਂ ਨੇ ਗੱਡੀ ਕਿਹੜੀ ਯੂਜ਼ ਕੀਤੀ ਸੀ, ਗੱਡੀ ਵੀ ਰਿਕਵਰ ਕਰ ਲਈ ਅਸੀਂ? ਹਾਂ ਹਾਂ, ਸਾਰਾ ਰਿਕਵਰ ਹੋ ਗਿਆ, ਗੱਡੀ ਵੀ ਰਿਕਵਰ ਕਰ ਲਈ, ਤਿੰਨੇ ਸਾਥੀ ਦੋਸਤ 3 ਇਹ ਤੇ ਇਹਨੇ ਆਪਣਾ ਇਹਨਾਂ ਦੀ ਪੁੱਛਗਿੱਛ ਕੀ ਸਾਹਮਣੇ ਆਇਆ ਸਰ? ਪੁੱਛਗਿੱਛ ਦੇ ਵਿੱਚ ਆਇਆ ਇਹਨਾਂ ਵੀ ਪਲੈਨਿੰਗ ਕਰੀ ਸੀ ਇਹ ਲੁੱਟਣ ਦੀ। ਠੀਕ ਹੈ, ਤੇ ਸਾਰਾ ਇਹਨੇ ਪਲੈਨਿੰਗ ਦੇ ਨਾਲ ਲੁੱਟਿਆ ਸਾਰਾ। ਇਹ ਕੰਮ ਕੀ ਕਰਦੇ ਆ ਹਜੇ? ਇਹ ਕੁਝ ਨਹੀਂ ਕਰਦੇ, ਕੋਈ ਡਰਾਈਵਰੀ ਕਰਦਾ, ਕੋਈ ਛੋਟੇ ਮੋਟੇ ਕੰਮ ਕਰਦੇ ਆ, ਕੋਈ ਜ਼ਿਆਦਾ ਕੰਮ ਨਹੀਂ ਕਰਦੇ। ਠੀਕ ਹੈ, ਤੇ ਸਰ ਰਿਕਵਰੀ ਜਿਹੜੀ ਆ ਕਰ ਲਈ, ਜਿਹੜੇ ਵੀ ਜਿਹੜਾ ਵਿਕਟਿਮ ਸੀ ਉਹਦੇ ਤੇ ਕੋਈ ਸੱਟਾਂ ਸੁੱਟਾਂ ਵੀ ਵੱਜੀਆਂ? ਖਾਲੀ ਸਪਰੇ ਹੀ ਮਾਰੀ ਸੀ? ਹਾਂ, ਉਹਦੇ ਸੱਟਾਂ ਸੁੱਟਾਂ ਲੱਗੀਆਂ, ਇੱਕ ਹੋਰ ਇੱਥੇ ਸਕਿਉਰਟੀ ਗਾਰਡ ਸੀ ਉਹਦੀ ਸੱਟਾਂ ਲੱਗੀਆਂ, ਭੱਜਣ ਦੀ ਕੋਸ਼ਿਸ਼ ਭੱਜ ਰਿਹਾ ਜਿਹੜਾ ਮੌਕੇ ਤੇ ਕਾਬੂ ਕਰ ਲਿਆ ਇੱਕ ਬੰਦਾ ਦਾ, ਮੁੜ ਕੇ ਬਾਅਦ ਚ ਕਰੇ ਆ। ਠੀਕ ਹੈ, ਤੇ ਉਹਦੇ ਮੁੱਕੇ ਮੱਕੇ ਮਾਰੇ ਇਹਨਾਂ ਨੇ ਇਹਦੇ, ਹਾਂ ਲਿਫਟ ਦੇ ਵਿੱਚ। ਦਿਨ ਦਿਹਾੜੇ ਇੱਥੇ ਕੋਈ ਕਾਫੀ ਰਸ਼ ਹੁੰਦਾ ਤਾਂ ਸ਼ੋਰ ਨੀ ਮਚਿਆ ਜਾਂ ਫਿਰ ਹੱਲਾ ਨੀ ਮਾਇਆ ਕਿਸੇ ਨੇ? ਹੱਲਾ ਇਸ ਏਰੀਏ ਦੇ ਵਿੱਚ ਥੋੜਾ ਘੱਟ ਹੁੰਦਾ, ਤਕਰੀਬਨ ਅਸੀਂ ਇੱਥੇ ਹੀ ਹੁੰਦੇ ਆ, ਅਸੀਂ ਲੌਂਟੇ ਮਾਲ ਰਸ਼ ਹੋਣੇ ਕਰਕੇ ਅਸੀਂ ਇੱਥੇ ਆਪ ਹੀ ਘੁੰਮਦੇ ਆ ਸਾਰਾ ਦਿਨ। ਠੀਕ ਹੈ, ਮੈਂ ਖੁਦ ਇੱਥੇ ਹੁੰਦਾ। ਠੀਕ ਹੈ, ਤੇ ਅਸੀਂ ਜਾ ਕੇ ਇਹਨੂੰ, ਸਾਨੂੰ ਪਤਾ ਲੱਗਿਆ ਸੀ ਉਸ ਟਾਈਮ ਮੌਕੇ ਤੇ ਇੱਕ ਕਾਬੂ ਕਰ ਲਿਆ, 2 ਭੱਜ ਗਏ ਮੁੜ ਕੇ ਰਾਤ ਨੂੰ ਕਾਬੂ। ਸਰ ਇਹ ਕੋਈ ਹੋਰ ਵੀ 3 ਤੋਂ ਇਲਾਵਾ ਵੀ ਹੋਰ ਲੋਕ ਨੇ ਜਾਂ ਸਿਰਫ 3 ਦੀ ਪਲੈਨਿੰਗ ਸੀ? 3 ਸੀ, ਇਹ 3 ਸੀ।
ਤੇ ਇਹਨਾਂ ਕੋਲੋਂ ਕੋਈ ਰਿਕਵਰੀ ਕੋਈ ਹਥਿਆਰ ਜਾਂ ਕਿਸੇ ਤਰ੍ਹਾਂ ਦੀ ਕੋਈ ਚੀਜ਼ ਸੀਗੀ ਇਹਨਾਂ ਕੋਲ? ਨਹੀਂ, ਇਹਨਾਂ ਕੋਲ ਇੰਨਾ ਕੋਈ ਨਹੀਂ ਮਿਲਿਆ ਕੁਛ ਹੋਰ ਜ਼ਿਆਦਾ। ਅੱਛਾ, ਬਸ ਹਾਂ ਇਹੀ ਇਹਨਾਂ ਦੀ। ਕੁੜੀ ਦੀ ਜਿਹੜੀ ਬੈਕਗ੍ਰਾਉਂਡ ਹੈ ਇਹ ਕੀ ਹੈ, ਕਿਉਂਕਿ ਕੁੜੀ ਦੇ ਵਿੱਚ ਇਨਵੋਲਵ ਹੋਣਾ ਬਹੁਤ ਵੱਡੀ ਗੱਲ ਹੈ ਕਿ ਪੂਰਾ ਜਿਹੜੀ ਹੈਗੀ ਹੈ। ਕੁੜੀ ਇੱਥੇ ਕੰਮ ਕਰਦੀ ਸੀ, ਇਹਨੂੰ ਪਤਾ ਸੀ ਪਹਿਲਾਂ, ਤੇ ਇਹ ਜਿਹੜੇ ਬੰਦੇ ਆ ਦੋਨੇ ਹੈ ਤਾਂ ਨਸ਼ੇ ਕਰਦੇ, ਇਹ ਚੁੱਟਾ ਚੁੱਟਾ ਪੀਂਦੇ ਆ, ਨਸ਼ੇ ਨੁਸ਼ੇ ਦੇ ਵਿੱਚ ਇਹਨਾਂ ਨੇ ਕਰਿਆ ਪਲੈਨਿੰਗ। ਕੁੜੀ ਨੇ ਦੱਸਿਆ ਸੀ ਇਹਨਾਂ ਨੂੰ ਵੀ ਹਾਂ ਇੱਦਾਂ ਉੱਥੇ ਕਾਬੂ ਕਰ ਲਿਆ। ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਦਿਨ ਦਿਹਾੜੇ ਇਸ ਪੂਰੀ ਪਲੈਨਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਸਪਰੇ ਮਾਰ ਕੇ ਕੈਸ਼ ਲੁੱਟ ਕੇ ਫਰਾਰ ਹੋ ਰਹੇ ਸੀਗੇ। ਹਾਲਾਂਕਿ ਇਹ ਪੂਰਾ ਇਲੈਂਟੇ ਦਾ ਇੰਟਰਨਲ ਏਰੀਆ ਜਿੱਥੇ ਅਸੀਂ ਮੌਜੂਦ ਹਾਂ, ਹਾਲਾਂਕਿ ਕਾਫੀ ਰਸ਼ ਹੁੰਦਾ। ਲੇਕਿਨ ਜਿਹੜੀ ਲਿਫਟ ਦੀ ਸਰ ਨੇ ਗੱਲ ਕੀਤੀ ਹੈ ਉਹ ਬਿਲਕੁਲ ਸਾਈਡ ਤੇ, ਉੱਥੇ ਜ਼ਿਆਦਾ ਰਸ਼ ਨਹੀਂ ਹੁੰਦਾ, ਜਿੱਥੋਂ ਉਹ ਫਸਟ ਫਲੋਰ ਸੈਕਿੰਡ ਫਲੋਰ ਤੋਂ ਨੀਚੇ ਆ ਰਿਹਾ ਸੀਗਾ ਔਰ ਉੱਥੇ ਹੀ ਲਿਫਟ ਦੇ ਕੋਲ ਹੀ ਉਸਨੂੰ ਰੋਕ ਕੇ ਉਹਦੇ ਸਪਰੇਅ ਜਿਹੜਾ ਹੈਗਾ ਅੱਖਾਂ 'ਚ ਸਪਰੇਅ ਕੀਤਾ ਔਰ ਉਸ ਤੋਂ ਬਾਅਦ ਉਹਦਾ ਜਿਹੜਾ ਬੈਗ ਸੀਗਾ ਜਿਹਦੇ ਵਿੱਚ 11 ਲੱਖ ਕਰੀਬ ਜਿਹੜੇ ਕੈਸ਼ ਸੀਗਾ ਉਹ ਲੁੱਟ ਕੇ ਫਰਾਰ ਹੋਣ ਲੱਗੇ। ਨਾਲ ਦੇ ਨਾਲ ਹੀ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ। ਹਾਲਾਂਕਿ ਹੁਣ ਤਿੰਨੋਂ ਜੇਲ੍ਹ ਦੇ ਵਿੱਚ ਨੇ, ਜੇਲ੍ਹ ਦੀ ਸਲਾਖਾ ਦੇ ਵਿੱਚ ਨੇ। ਲੇਕਿਨ ਉਹਨਾਂ ਦੀ ਜਿਹੜੀ ਪਲੈਨਿੰਗ ਸੀ, ਕੁੜੀ ਇੱਥੇ ਜੌਬ ਕਰਦੀ ਸੀ ਜਿੱਦਾਂ ਸਾਨੇ ਵੀ ਦੱਸਿਆ ਕਿ ਉਹਨੂੰ ਸਾਰਾ ਪਤਾ ਸੀ ਕਿ ਸੁਖਵੀਰ ਨਾਂ ਦਾ ਜਿਹੜਾ ਕੈਸ਼ ਕੁਲੈਕਟਰ ਹੈ ਉੱਥੇ ਕੈਸ਼ ਕੁਲੈਕਟ ਕਰਨ ਆਉਂਦਾ ਔਰ ਉਸ ਤੋਂ ਬਾਅਦ ਜਮ੍ਹਾਂ ਹੁੰਦਾ ਜਿਹੜਾ ਵੀ ਉਹਨਾਂ ਦਾ ਪ੍ਰੋਸੀਜਰ ਹੁੰਦਾ। ਲੇਕਿਨ ਪੁਲਿਸ ਨੇ ਇਹਨਾਂ ਨੂੰ ਸਾਰਿਆਂ ਨੂੰ ਕਾਬੂ ਕਰ ਲਿਆ। ਚੰਡੀਗੜ੍ਹ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।